मैं तुसा सबना दे विखे नहीं आखदा, मैं उन्हां नूं जानदा जिन्हां नूं मैं चुन लिया, पर इस लई है जो लिखत पूरी होवे। भाई उसने जिहड़ा मेरी रोटी खांदा है मेरे उत्ते अपनी लत चुकी। इदो अगे इस गल दे होण तों पहलां मैं तुहानूं दसदा, जिस वेले पूरी हो लवे तां तुसीं प्रतीत करो जो मैं ओह हाँ। मैं तुहानूं सच आखदा कि जो मेरे कल्ले होए नूं कबूलदा है सो मैनूं कबूलदा है, अते जो मैनूं कबूलदा है सो मेरे कलन वाले नूं कबूलदा है। ਇਹ ਗੱਲਾਂ ਕਹਿ ਕੇ ਯਿਸੂ ਆਤਮਾ ਵਿੱਚ ਘਬਰਾਉਣ ਲੱਗਾ ਅਤੇ ਸਾਖੀ ਦੇ ਕੇ ਬੋਲਿਆ, ਮੈਂ ਤੁਹਾਨੂੰ ਸੱਚ ਸੱਚ ਆਖਦਾ, ਜੋ ਤੁਹਾਡੇ ਵਿੱਚੋਂ ਇੱਕ ਮੈਨੂੰ ਫੜਵਾਏਗਾ ਚੇਲੇ ਇਸ ਭਰਮ ਵਿੱਚ ਪੈ ਕੇ ਜੋ ਉਸਨੇ ਇਹ ਗੱਲ ਕਿਸ ਦੇ ਵਿਖੇ ਆਖੀ ਇੱਕ ਦੂਏ ਦੀ ਵੱਲ ਵੇਖਣ ਲੱਗੇ। ਉਸ ਦੇ ਚੇਲਿਆਂ ਵਿੱਚੋਂ ਇੱਕ ਜਿਹਨੂੰ ਯਿਸੂ ਪਿਆਰ ਕਰਦਾ ਸੀ ਯਿਸੂ ਦੀ ਛਾਤੀ 'ਤੇ ਢਾਸਣਾ ਲਾਏ ਹੋਏ ਸੀ। ਇਸ ਲਈ ਸ਼ਮਾਉਨ ਪਤਰਸ ਨੇ ਉਹਨੂੰ ਸਹਿਤ ਕੀਤੀ ਅਤੇ ਉਹਨੂੰ ਆਖਿਆ, ਦੱਸ ਤਾਂ ਇਹ ਕਿਹਦੀ ਗੱਲ ਕਰਦਾ ਹੈ? ਉਪਰੰਤ ਉਹਨੇ ਯਿਸੂ ਦੀ ਛਾਤੀ 'ਤੇ ਉਸੇ ਤਰ੍ਹਾਂ ਢਾਸਣਾ ਲਾਇਆ ਹੋਇਆ ਉਸ ਤੋਂ ਪੁੱਛਿਆ, ਪ੍ਰਭੂ ਜੀ ਉਹ ਕਿਹੜਾ ਹੈ? ਜਿਹਦੇ ਲਈ ਮੈਂ ਬੁਰਕੀ ਤਰ ਕਰਾਂ ਅਤੇ ਉਹਨੂੰ ਦਿਆਂ, ਉਹ ਹੈ। ਫਿਰ ਜਾਂ ਉਹਨੇ ਬੁਰਕੀ ਤਰ ਕਰ ਲਈ ਤਾਂ ਲੈ ਕੇ ਸ਼ਮਾਉਨ ਇਸ ਕਰਿਓਤੀ ਦੇ ਪੁੱਤਰ ਯਹੂਦਾ ਨੂੰ ਦੇ ਦਿੱਤੀ ਅਤੇ ਬੁਰਕੀ ਦੇ ਪਿੱਛੋਂ ਉਸੇ ਵੇਲੇ ਸ਼ੈਤਾਨ ਉਹਦੇ ਵਿੱਚ ਸਮਾਇਆ। ਜੋ ਤੂੰ ਕਰਨਾ ਹੈ ਸੋ ਛੇਤੀ ਕਰ। ਪਰ ਜਿਹੜੇ ਖਾਣ ਬੈਠੇ ਸਨ ਉਹਨਾਂ ਵਿੱਚੋਂ ਕਿਸੇ ਨੇ ਨਾ ਜਾਤਾ ਭਈ ਉਹਨੇ ਉਹਨੂੰ ਇਹ ਕਾਹਦੇ ਲਈ ਆਖਿਆ। ਯਹੂਦਾ ਦੇ ਕੋਲ ਗੁਥਲੀ ਰਹਿੰਦੀ ਸੀ, ਸੋ ਕਈਆਂ ਨੇ ਸਮਝਿਆ ਕਿ ਯਿਸੂ ਨੇ ਉਸ ਨੂੰ ਆਖਿਆ ਹੈ ਭਈ ਤਿਉਹਾਰ ਦੇ ਲਈ ਸਾਨੂੰ ਜੋ ਕੁਛ ਲੋੜੀਂਦਾ ਹੈ ਸੋ ਮੁੱਲ ਲਿਆ ਅਥਵਾ ਇਹ ਕੰਗਾਲਾਂ ਨੂੰ ਕੁਝ ਦੇ। ਤਾਂ ਉਹ ਬੁਰਕੀ ਲੈ ਕੇ ਝੱਟ ਬਾਹਰ ਨਿਕਲ ਗਿਆ। ਅਤੇ ਉਹ ਰਾਤ ਦਾ ਵੇਲਾ ਸੀ। ਫਿਰ ਜਾਂ ਉਹ ਬਾਹਰ ਨਿਕਲ ਗਿਆ ਤਾਂ ਯਿਸੂ ਨੇ ਆਖਿਆ, ਹੁਣ ਮਨੁੱਖ ਦੇ ਪੁੱਤਰ ਦੀ ਵਡਿਆਈ ਔਰ ਉਹਦੇ ਵਿੱਚ ਪਰਮੇਸ਼ਵਰ ਦੀ ਵਡਿਆਈ ਕੀਤੀ ਜਾਂਦੀ। ਜੇ ਪਰਮੇਸ਼ਵਰ ਦੀ ਵਡਿਆਈ ਉਹਦੇ ਵਿੱਚ ਕੀਤੀ ਗਈ ਤਾਂ ਪਰਮੇਸ਼ਵਰ ਆਪਣੇ ਵਿੱਚ ਉਹਦੀ ਵਡਿਆਈ ਕਰੇਗਾ, ਸਗੋਂ ਹੁਣੇ ਉਹਦੀ ਵਡਿਆਈ ਕਰੇਗਾ। ਹੇ ਬਾਲਕੋ, ਹੁਣ ਥੋੜ੍ਹਾ ਚਿਰ ਮੈਂ ਤੁਹਾਡੇ ਨਾਲ ਹਾਂ, ਤੁਸੀਂ ਮੈਨੂੰ ਪਾਲੋਗੇ ਅਤੇ ਜਿਸ ਤਰ੍ਹਾਂ ਮੈਂ ਯਹੂਦੀਆਂ ਨੂੰ ਕਿਹਾ ਸੀ, ਜਿੱਥੇ ਮੈਂ ਜਾਂਦਾ ਹਾਂ ਤੁਸੀਂ ਨਹੀਂ ਆ ਸਕਦੇ, ਉਸੇ ਤਰ੍ਹਾਂ ਹੁਣ ਮੈਂ ਤੁਹਾਨੂੰ ਵੀ ਆਖਦਾ। ਮੈਂ ਤੁਹਾਨੂੰ ਨਵਾਂ ਹੁਕਮ ਦਿੰਦਾ ਹਾਂ, ਇੱਕ ਦੂਏ ਨੂੰ ਪਿਆਰ ਕਰੋ, ਅਰਥਾਤ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ ਤਿਵੇਂ ਤੁਸੀਂ ਇੱਕ ਦੂਏ ਨੂੰ ਪਿਆਰ ਕਰੋ। ਜੇ ਤੁਸੀਂ ਆਪੋ ਵਿੱਚ ਪ੍ਰੇਮ ਰੱਖੋ ਤਾਂ ਇਸੇ ਤੋਂ ਸਭ ਜਾਣਨਗੇ ਭਾਈ ਤੁਸੀਂ ਮੇਰੇ ਚੇਲੇ ਹੋ। ਪ੍ਰਭੂ ਜੀ ਤੂੰ ਕਿੱਥੇ ਜਾਂਦਾ ਹੈ? ਜਿੱਥੇ ਮੈਂ ਜਾਂਦਾ ਹਾਂ ਤੂੰ ਹੁਣ ਮੇਰੇ ਮਗਰ ਨਹੀਂ ਚੱਲ ਸਕਦਾ, ਪਰ ਇਹਦੇ ਪਿੱਛੋਂ ਤੂੰ ਮੇਰੇ ਮਗਰ ਚੱਲੇਗਾ। ਪ੍ਰਭੂ ਜੀ ਮੈਂ ਹੁਣ ਤੇਰੇ ਮਗਰ ਕਿਉਂ ਨਹੀਂ ਚੱਲ ਸਕਦਾ? ਮੈਂ ਤੇਰੇ ਬਦਲੇ ਆਪਣੀ ਜਾਨ ਦੇ ਦਿਆਂਗਾ। ਕੀ ਤੂੰ ਮੇਰੇ ਬਦਲੇ ਆਪਣੀ ਜਾਨ ਦੇ ਦੇਵੇਂਗਾ? ਮੈਂ ਤੈਨੂੰ ਸੱਚ ਆਖਦਾ, ਜਿੰਨਾ ਚਿਰ ਤੂੰ ਮੇਰਾ ਤਿੰਨ ਵਾਰੀ ਇਨਕਾਰ ਨਾ ਕਰੇ ਕੁੱਕੜ ਬਾਂਗ ਨਾ ਦੇਵੇਗਾ।